ਪੁੱਛੀ ਵਾਲੀ ਦਾਲ ਵਾਂਗੂ ਮੂੰਹ ਬਣਾ ਕੇ ਬੈਠੇ ਹੋ। ਓਏ ਪੱਲੇ ਨੀ ਤੇਲਾ ਤੇ ਕਿਵੇਂ ਕਰਾਂ ਮੇਲਾ ਮੇਲਾ, ਕਿੰਨੇ ਦਿਨ ਹੋ ਗਏ ਨੋਟਾਂ ਦਾ ਮੂੰਹ ਨਹੀਂ ਦੇਖਿਆ। ਓਏ ਸ਼ਾਹ ਜੀ ਕਿਉਂ ਝੂਠ ਬੋਲਣ ਡਏ ਹੋ, ਗੱਲਾਂ ਤੁਹਾਡੇ ਕੋਲੇ ਪਿਆ, ਫਿਕਰ ਦੀ ਕਿਹੜੀ ਗੱਲ ਹੈ? ਇਹੀ ਤਾਂ ਪੰਗਾ ਵੀ ਸਾਡੇ ਬੁੜੇ ਨੇ ਗੱਲੇ ਦੇ ਆਸੇ ਪਾਸੇ ਐਸਾ ਨਿਗਰਾਨੀ ਦਾ ਜਾਲ ਵਿਛਾਇਆ ਹੋਇਆ ਕਿ ਹੇਰਾ ਫੇਰੀ ਕੀਤੀ ਨਹੀਂ ਜਾਂਦੀ। ਮੈਂ ਕਿਹਾ ਦੁਖੀ ਸ਼ਾਹ ਜੀ, ਜਿੰਨਾ ਤੁਸੀਂ ਹੇਰਾ ਫੇਰੀ ਵੱਲ ਧਿਆਨ ਦਿੰਦੇ ਹੋ, ਉਹਨਾਂ ਕਿਸੇ ਚੰਗੇ ਕੰਮ ਵੱਲੇ ਧਿਆਨ ਦਿਓ, ਤੁਹਾਨੂੰ ਹੇਰਾ ਫੇਰੀ ਕਰਨ ਦੀ ਲੋੜ ਹੀ ਨਾ ਪਵੇ। ਓਏ ਉੱਲੂ ਦਾ ਪੱਠਿਆ, ਮੇਰੇ ਕਾਰੋਬਾਰ ਨੂੰ ਹੇਰਾ ਫੇਰੀ ਆਖਦਾ? ਹੇਰਾ ਫੇਰੀ ਤਾਂ ਉਹ ਕਰਦੇ ਆ ਜਿਹੜੇ ਕਦੇ ਕਦੇ ਹੇਰਾ ਫੇਰੀ ਕਰਦੇ ਆ ਤੇ ਕੰਮ ਕੁਛ ਹੋਰ ਕਰਦੇ ਆ। ਮੈਂ ਤਾਂ ਉੱਠਦਾ ਬਹਿੰਦਾ ਖਾਂਦਾ ਫਿਰਦਾ ਤੁਰਦਾ ਫਿਰਦਾ ਹੇਰਾ ਫੇਰੀ ਬਾਰੇ ਸੋਚਦਾ ਰਹਿੰਦਾ, ਇਸ ਵਾਸਤੇ ਮੇਰਾ ਤਾਂ ਕੰਮ ਹੀ ਹੇਰਾ ਫੇਰੀ ਹੈ। ਤੂੰ ਮੇਰੇ ਘਰ ਦਾ ਬੰਦਾ ਹੈ ਤਾਂ ਤੈਨੂੰ ਮਾਫ ਕਰਦਾ ਹੈ, ਜੇ ਹੋਰ ਕੋਈ ਹੁੰਦਾ ਨਾ ਤਾਂ ਮੈਂ ਕੁੱਟ ਕੁੱਟ ਕੇ ਤੇਰਾ ਸਿਰ ਪਾੜ ਦਿੰਦਾ ਸਾਲਿਆ। ਨਾਰਾਜ਼ ਨਾ ਹੋਵੋ ਸ਼ਾਹ ਜੀ, ਮੈਂ ਭੁੱਲਿਆ ਨੀ ਗਾ, ਮੈਨੂੰ ਪਤਾ ਤੁਸੀਂ ਔਖੇ ਵੇਲੇ ਕਿੰਨੀ ਵਾਰੀ ਮੇਰੀ ਮਦਦ ਕੀਤੀ ਹੈ। ਉਹ ਮੈਂ ਜਿਵੇਂ ਤੇਰੀ ਔਖੇ ਵੇਲੇ ਮਦਦ ਕਰਦਾ ਰਿਹਾ ਨਾ, ਉਸੇ ਤਰ੍ਹਾਂ ਤੂੰ ਵੀ ਹੁਣ ਮੇਰੀ ਔਖੇ ਵੇਲੇ ਮਦਦ ਕਰ। ਸ਼ਾਹ ਜੀ ਤੁਸੀਂ ਹੁਕਮ ਤੇ ਕਰੋ, ਤੁਹਾਡੇ ਲਈ ਤਾਂ ਜਾਨ ਵੀ ਹਾਜ਼ਰ ਹੈ। ਮੈਨੂੰ ਵੀ ਤੇਰੇ ਕੋਲੋਂ ਇਹੀ ਉਮੀਦ ਸੀ। ਲੈ ਹੁਣ ਗੱਲ ਸੁਣ ਲਾ, ਜਦੋਂ ਗਾਹਕ ਆਇਆ ਕਰਨਗੇ ਨਾ ਤੇ ਗਾਹਕ ਤੋਂ ਮੈਂ ਪੈਸੇ ਲੈ ਕੇ ਨਾ ਅੱਧੇ ਗੱਲੇ 'ਚ ਪਾਇਆ ਜਾਇਆ ਕਰੂੰਗਾ ਤੇ ਅੱਧੇ ਕੁ ਮੈਂ ਜੇਬ 'ਚ ਪਾਈ ਜਾਇਆ ਕਰੂੰਗਾ ਤੇ ਗੱਲ ਮਾਇਆ ਕਰਿਆ ਕਰੂੰਗਾ ਜਿਵੇਂ ਸਾਰੇ ਪੈਸੇ ਗੱਲੇ 'ਚ ਪਾ ਰਿਹਾ ਹੁੰਦਾ। ਤੂੰ ਮਾੜਾ ਜਿਹਾ ਬੋਲੀ ਨਾ ਤੇ ਤੂੰ ਵੀ ਐਂ ਚਾਰ ਕਰੀ ਵੀ ਜਿਵੇਂ ਸਾਰੇ ਪੈਸੇ ਗੱਲੇ 'ਚ ਪੈ ਰਹੇ ਹੁੰਦੇ ਆ, ਅੱਧੇ ਪੈਸੇ ਮੈਂ ਜੇਬ 'ਚ ਪਾਈ ਜਾਇਆ ਕਰੂੰਗਾ। ਇੰਨੀ ਗੱਲ ਕਰ, ਉਹ ਤੇ ਠੀਕ ਹੈ, ਪਰ ਇੱਕ ਗੱਲ ਚੰਗੀ ਤਰ੍ਹਾਂ ਤੁਸੀਂ ਸੋਚ ਕੇ ਸੁਣ ਲਓ, ਤੁਹਾਡੇ ਬਾਪੂ ਨੂੰ ਕਾਂ ਦੀਆਂ ਅੱਖਾਂ ਲੱਗੀਆਂ। ਉਹ ਜਦੋਂ ਵੀ ਗੱਦੀ ਤੇ ਬੈਠਦਾ ਇੱਧਰ ਉੱਧਰ ਨਜ਼ਰਾਂ ਘੁਮਾ ਕੇ ਵੇਖ ਲੈਂਦਾ ਆਸੇ ਪਾਸੇ ਕੀ ਹੋ ਰਿਹਾ। ਜੇ ਮੈਂ ਵੱਧ ਤੋਲਦਾ ਫੜਿਆ ਗਿਆ ਤਾਂ ਤੁਹਾਡਾ ਬਾਪੂ ਮੈਨੂੰ ਨੌਕਰੀ ਤੋਂ ਬਾਹਰ ਕੱਢ ਦੂਗਾ। ਓਏ ਮੇਰੀ ਜ਼ਿੰਮੇਵਾਰੀ ਹੈ, ਤੈਨੂੰ ਦੁਕਾਨੋਂ ਬਾਹਰ ਨਹੀਂ ਕੱਢ ਸਕਦਾ। ਤੈਨੂੰ ਪਤਾ ਹੋਣਾ ਚਾਹੀਦਾ ਹੈ ਇਹ ਦੁਕਾਨ ਸਾਡੇ ਦਾਦੇ ਦੀ ਹੈ ਤੇ ਦਾਦੇ ਦੀ ਜਾਇਦਾਦ ਦੇ ਵਿੱਚ ਪਿਓ ਦੇ ਨਾਲ ਪੁੱਤ ਦਾ ਪੂਰਾ ਹਿੱਸਾ ਹੁੰਦਾ ਹੈ। ਜਦੋਂ ਤੈਨੂੰ ਬਾਹਰ ਕੱਢਣ ਲੱਗੂਗਾ ਨਾ ਮੈਂ ਤਾਂ ਹਿੱਸਾ ਮੰਗ ਲਊਗਾ, ਤੈਨੂੰ ਬਾਹਰ ਕਿਵੇਂ ਕੱਢਣ ਦਿੰਦਾ? ਕੀ ਪਿਓ ਦਾਦੇ ਦੀਆਂ ਗੱਲਾਂ ਕਰਨ ਲੱਗਾ ਹੈ? ਬਾਪੂ ਜੀ ਮੈਂ ਤਾਂ ਇਹ ਕਹਿ ਰਿਹਾ ਸੀ ਵੀ ਜਿਹੜੀ ਆ ਦੁਕਾਨ ਹੈ ਬੜੀ ਭਾਗਾਂ ਵਾਲੀ ਹੈ। ਆਹ ਗੱਦੀ ਤੇ ਮੇਰਾ ਦਾਦਾ ਬੈਠਾ ਹੁੰਦਾ ਸੀ ਤੇ ਐਂ ਲੱਗਦਾ ਸੀ ਜਿਵੇਂ ਮਹਾਰਾਜਾ ਕੋਲ ਹੁੰਦਾ, ਤੇ ਹੁਣ ਤੁਸੀਂ ਬੈਠੇ ਐਂ ਲੱਗਦੇ ਹੋ ਜਿਵੇਂ ਮਹਾਰਾਣਾ ਪ੍ਰਤਾਪ ਹੁੰਦੇ ਹੋ। ਓ ਪਰ ਤੂੰ ਮੇਰੀ ਗੱਦੀ ਨੂੰ ਕੋ ਰਾਜ ਦਰਬਾਰ ਨਾ ਬਣਾ ਦੇ, ਹੁਣੇ ਨਾ ਕੋ ਉਧਾਰ ਲੈਣ ਵਾਲਾ ਫਰਿਆਦੀ ਆ ਜਾਵੇ। ਸ਼ਾਹੀ 2 ਕਿਲੋ ਖੰਡ ਦੇ ਦੋ। ਲਓ ਲਓ ਖੰਡ ਲਓ। ਪੈਸੇ ਹੈਗੇ? ਮੈਂ ਤਾਂ ਉਧਾਰ ਲੈਣ ਵਾਸਤੇ ਆ ਸੀ। ਕਰ ਲਾ ਹੋਰ। ਓਏ ਉਧਾਰ ਨਹੀਂ ਮਿਲ ਸਕਦਾ, ਜੇ ਪੈਸੇ ਹੈਗੇ ਤਾਂ ਗੱਲ ਕਰਨੀ ਚਲੇ ਜਾ ਇੱਥੋਂ। ਔਖੇ ਕੰਮ ਹੁੰਦੇ ਹੋ, ਪੈਸੇ ਲੈ ਲਓ ਤੁਸੀਂ। ਲਿਆ ਫਿਰ ਕੱਢਣ ਵਾਲੀ ਗੱਲ ਕਰਤਾ ਹੈ। ਮੈਂ ਕਿਹਾ ਹਰੇ ਤੂੰ ਹੱਥ ਜੀ ਰੱਖ। ਓਏ ਕੀ ਤੁਸੀਂ ਕਾਨਾ ਫੂਸੀ ਜੀ ਕਰੀ ਜਾਂਦੇ ਆ? ਮੈਂ ਇਹ ਕਿਹਾ ਸੀ ਵੀ ਕਹਿੰਦਾ ਦਾਲ ਮੁੱਕੀ ਵੀ ਹੈ ਤੇ ਮੈਂ ਕੋਈ ਗੱਲ ਨੀ ਦਾਲ ਲਿਆਵਾਂਗੇ। ਜੀ ਦਾਲ ਆਪਾਂ ਲੈ ਆਵਾਂਗੇ ਤੇ ਤੂੰ ਨੋਟ ਮੇਰੇ ਕੋ ਫੜਾ। ਹਲੋ ਸ਼ਾਹ ਜੀ, ਨਿਰਮਾ ਦੇ ਬਾਈ ਲਿਆ ਤੈਨੂੰ ਭਾਈ ਸਾਹਿਬ ਕੀ ਚਾਹੀਦਾ ਹੈ? ਦੋ ਲਾਈਫਾਂ ਚਾਹੀਦੀਆਂ। ਠੀਕ ਹੈ, ਲਾਈਫਾਂ ਚਾਹੀਦੀਆਂ ਤਾਂ ਲਾਈਫਾਂ ਦੋ ਲਾਈਫਾਂ ਲਿਓ ਬਈ। ਲਿਆ ਜੀ। ਲਿਆ ਜੀ ਲਾਈਫਾਂ ਲਿਆ। ਇੱਕ ਪਾਊਡਰ ਦੀ ਪਾਊਡਰ ਦੇ ਜੇ ਪੈਸੇ ਦੇਵੋਗੇ ਤਾਂ ਚੰਗੀ ਗੱਲ ਹੈ, ਪੈਸੇ ਦੇਵੋਗੇ ਤਾਂ ਵਾਹ ਬਈ ਵਾਹ। ਇੱਕ ਪਾਊਡਰ ਦਿਓ ਜੀ, ਪਾਊਡਰ ਦਾ ਡੱਬਾ ਦਿਓ, ਇੱਕ ਡੱਬਾ ਦਿਓ ਪਾਊਡਰ ਦਾ, ਪਾਊਡਰ ਦਾ ਡੱਬਾ ਦਿਓ ਜੀ। ਲੈਕਮੀ ਲਿਆ ਜੀ, ਆਰਡਰ ਜਾ ਜੀ। ਇੱਕ ਮਾੜਾ ਜਿਹਾ ਲਓ ਜੀ, ਇੱਕ ਮਾੜਾ ਡੱਕਾ ਦੇ ਫਰੂਟ ਅੰਦਰ ਹੀ ਪੈਂਦੇ।
हाँ भाई हाँ नरमा चाहिए ठीक है अबे दो पैकेट नरमे देता हूँ जी हाँ ठीक है क्या है जी हेलो पापा जी ले आ पैसे ले हेलो ले दस और देव कुपार नरमा बीर पैदा आप दस रुपए के एक नोट कितने हैं बीर ते ही बीर तू मैंने देते हैं कौन है और मैंने बेवकूफ बनाना और मैंने बेवकूफ बनाना दस नोट दस नोट दस दस कितने मेरी स्कीम कोई इतनी सस्ती नहीं भाई दस रुपए विच भुगत जाएगी भाई मैं ते सौदा लवांगी कैश ते अपनी स्कीम भी दसांगी 500 रुपए लेके कैश ते हुन तू मन सौदा दे ते ए लै सौदे दे पैसे कैश ते हुन मैं अपनी स्कीम शुरू करा ना 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 रब दे वास्ते तू स्कीम ना मेनू दई तू ए पैसे भी ले जा ते नौकर कोल सौदा भी ले जा क्यों वे क्यों ठुकरान दे करोड़पति बनन दी स्कीम नू ओ मासी मेनू पैसे आउण वाली स्कीम चंगी लगदी है पैसे देण वाली स्कीम निखरी लगदी तू छेती जा किते ओही गल होवे कि तू स्कीम मेनू सुना दे तो मेरा हार्ट फेल हो जावे जा रब दे वास्ते मासी किड्डा डरपोक है लक्ष्मी नू ठुकरा रिया मेनू की ठीक है ठीक है रब्बा छेती बुला लैती शुक्र जीतो 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 की गल दुखी तेन बड़ा साह चढ़िया तू रोज रोज मेरे पीछे क्यों आना है मैं धक्के खान आना है मैं दसदी तेन धक्के क्यों खुश हो गया तू धक्के खा के कमलिए सियाणा ने कहा भी मशूकां दे तके ते पेचे पैण पक्के छड्ड मैनू मेरा मटका लै भई मटका तां भुली गई खैर असी आप घरे पहुंचा देने ये जी गल शाह जी एक गल पूछा बोल लो तुसी दुखी शाहवारा नु एवे घाटे पौन कहंदे आखण डए हो ओ ता फिर भी तानु अद्धे पचद्दे पैसे दे गए है मासी ता तानु पूरा ही मांझ गई है ओए बेवकूफा असी घाटे खान वाले शाह नहीं है असी ओदे कोल पूरे 490 रुपए कमा के ले आए हैं ओ किवें शाह जी ओए ओ एमे के देख जे मैं निर्मा दे पैसे ओदे को 10 रुपए ले लंदा पर
ਉਹਨੇ ਸਕੀਮ ਦੱਸਣ ਵਾਸਤੇ ਇੱਥੇ ਹੀ ਬਹਿ ਜਾਣਾ ਸੀ ਤੇ ਜੇ ਉਹ ਸਕੀਮ ਇੱਥੇ ਦੱਸ ਬੈਠਦੀ ਤਾਂ ਉਹਦੀ ਫੀਸ ਪੂਰੇ 500 ਰੁਪਏ ਆ ਤੇ 10 ਰੁਪਏ ਵਿੱਚੋਂ ਘਟਾ ਲਾ ਤੇ 490 ਰੁਪਏ ਦਾ ਫਾਇਦਾ ਕੀਤਾ ਕਿ ਨਹੀਂ ਸ਼ਾਹ ਜੀ ਦੱਸ ਮੈਨੂੰ ਵੀ ਦੇ ਦਿਓ ਇਹ ਸਮਝੋ ਮੈਨੂੰ 480 ਬਚੇ ਅੱਛਾ ਉਹ ਗੱਲ ਸੁਣ ਇਹ ਦੱਸ ਮੇਰੀ ਜੇ ਪੈਸੇ ਪਾ ਕੇ ਦੁਖੀ ਗਿਆ ਕਿੱਥੇ